ਫੀਡ ਤਾਂ ਹੁਣ ਇਸ ਤਰ੍ਹਾਂ ਫੀਡ ਦੀ ਕੁਆਲਿਟੀ ਮਾੜੀ ਹੋਈ ਤਾਂ ਉਹ ਪਹਿਲਾਂ ਤਾਂ ਮਸਟਾਈਟਸ ਕਰੂਗਾ, ਨਾ ਮਸਟਾਈਟਸ ਕਰੂ ਤਾਂ ਅੰਦਰੋਂ ਅੰਦਰ ਖਤਮ ਕਰ ਦੂਗਾ। ਬਹੁਤੇ ਫੀਡ ਦੀ ਵਰਤੋਂ ਵੀ ਨਹੀਂ ਬੰਦੇ ਨੂੰ ਕਰਨੀ ਚਾਹੀਦੀ, ਜਿੱਥੋਂ ਤਾਈਂ ਜਿੰਨੀ ਲੋੜ ਆ ਉਨੀ। ਮਿੱਠੇ ਸੋਡੇ ਦੀ ਵਰਤੋਂ ਕਰਦੇ ਹਾਂ ਡੇਲੀ ਦੇ ਰੂਟੀਨ ਦੇ ਵਿੱਚ, ਥੋੜਾ ਬਹੁਤ ਜੋ ਪਸ਼ੂ ਦਾ ਜਲਦੀ ਖਾਧਾ ਪੀਤਾ ਹਾਜ਼ਮ ਕਰ ਜੇ, ਜਾਂ ਕੋਈ ਆਕਸੀਜਨ ਬਾਈਂਡਰ ਦੀ ਵੀ ਜਿਹੜਾ ਉੱਲੀ ਫੰਗਸ ਨੂੰ ਪੇਟ ਚੋਂ ਲੈ ਜੇ। ਕਿਸੇ ਪਸ਼ੂ ਨੂੰ ਮਸਟਾਈਟਸ ਦੀ ਮਾੜੀ ਮੋਟੀ ਸ਼ਿਕਾਇਤ ਹੈਗੀ ਹੈ ਤਾਂ ਉਹਨੂੰ ਸਾਈਡ ਤੇ ਆਪਾਂ ਅਲੱਗ ਰੱਖੀਏ, ਉਹਦੇ ਤੋਂ ਜਦੋਂ ਉਹਦੀ ਮਿਲਕਿੰਗ ਕਰਨੀ ਹੈ ਸਾਰਿਆਂ ਤੋਂ ਬਾਅਦ 'ਚ ਕਰੀਏ, ਮਸ਼ੀਨ ਨਾਲ ਉਹਦੀ ਮਿਲਕਿੰਗ ਨਾ ਕਰੀਏ। ਵੀ ਇਹ ਤਾਂ ਤੁਹਾਨੂੰ ਡੇਅਰੀ ਦੇ ਨਾਲ ਨਾਲ ਇਹਦੇ ਬਚਾਅ ਸਦਾ ਹੀ ਚਲਾ ਕੇ ਹੀ ਰੱਖਣੇ। ਜਿਹੜਾ ਜਿਹੜੇ ਪਸ਼ੂ ਦਾ ਜਿੰਨਾ ਫੀਡ ਇਨਟੇਕ ਜ਼ਿਆਦਾ, ਜਿੰਨਾ ਤੁਸੀਂ ਉਹਨੂੰ ਫੀਡ ਪਾਉਂਦੇ ਹੋ ਮੇਰਾ ਵੀਰ, ਉਨੀ ਫੀਡ ਦੇ ਹਿਸਾਬ ਨਾਲ ਉਹਦੀ ਮਤਲਬ ਡੋਜ਼ ਮਿੱਠੇ ਸੋਡੇ ਦੀ ਵੱਧਦੀ ਘੱਟਦੀ ਰਹਿੰਦੀ ਹੈ। ਅਸੀਂ ਬਹੁਤਾ ਫੀਡ ਨਹੀਂ ਪਾਉਂਦੇ, ਜਾਣੀ ਹਿਸਾਬ ਦਾ ਜਿੰਨੀ ਸਾਨੂੰ ਜ਼ਰੂਰਤ ਲੱਗਦੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਡੇਅਰੀ ਫਾਰਮ ਦਾ ਜਦੋਂ ਆਪਾਂ ਕੰਮ ਸ਼ੁਰੂ ਕਰਦੇ ਹਾਂ, ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਹਾਂ, ਇਹ ਸਭ ਤੋਂ ਕੋਮਨ ਸਮੱਸਿਆ ਆਉਂਦੀ ਹੈ, ਮੇਨ ਸਮੱਸਿਆ ਆਉਂਦੀ ਹੈ, ਕਿਹੜੀ ਹੁੰਦੀ ਹੈ? ਮਸਟੈਟਸ ਵਾਲੀ, ਜਿਹਨੂੰ ਆਪਾਂ ਥਨੈਲਾ ਰੋਗ ਵੀ ਕਹਿ ਦਿੰਦੇ ਹਾਂ, ਥਣ ਬੰਦ ਹੋ ਜਾਂਦੇ ਆ। ਇਹ ਬਹੁਤ ਪ੍ਰਕਾਰ ਦੀ ਹੁੰਦੀ ਹੈ, ਕਈ ਵਾਰੀ ਛਿੱਡੀਆਂ ਆਉਂਦੀਆਂ, ਕਈ ਵਾਰੀ ਥਣ ਬੰਦ ਹੋ ਜਾਂਦੇ, ਆਪਾਂ ਨੂੰ ਪਤਾ ਵੀ ਨਹੀਂ ਲੱਗਦਾ, ਕਈ ਵਾਰੀ ਇਹੋ ਜਿਹਾ ਮਸਟੈਟਸ ਆਉਂਦਾ ਵੀ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ। ਅਤੇ ਆਪਾਂ ਨੂੰ ਕਮੈਂਟ ਕਰਕੇ ਵੀ ਬਹੁਤ ਸਾਰੇ ਵੀਰ ਆਹੀ ਸਵਾਲ ਪੁੱਛਦੇ ਹੁੰਦੇ ਆ ਵੀ ਬਾਈ ਜੀ, ਮਸਟੈਟਸ ਦੀ ਸਮੱਸਿਆ ਆ ਰਹੀ ਹੈ, ਇਹਦੇ ਕਾਰਨ ਕੀ ਹੈ, ਇਹਦੇ ਨਾਲ ਨਿਬੜਿਆ ਕਿਵੇਂ ਜਾ ਸਕਦਾ? ਅਤੇ ਇਹੀ ਗੱਲਾਂ ਆਪਾਂ ਅੱਜ ਬਾਈ ਅਮਰਤ ਨਾਲ ਕਰਾਂਗੇ। ਜੈ ਸਰ, ਇਹਨਾਂ ਦਾ ਡੇਅਰੀ ਫਾਰਮ ਹੈ, ਆਪਾਂ ਆਉਂਦੇ ਰਹਿੰਦੇ ਹਾਂ ਅਕਸਰ ਇਹਨਾਂ ਕੋਲ। ਅਤੇ ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ। ਹੁਣ ਜਿਵੇਂ ਆਪਾਂ ਮਸਟੈਟਸ ਦੀ ਸਮੱਸਿਆ ਦੀ ਗੱਲ ਕਰੀਏ, ਹਾਂਜੀ, ਵੀ ਆਪਾਂ ਆਪਣੇ ਫਾਰਮ ਤੇ ਕਿੰਨਾ ਟਾਈਮ ਹੋ ਗਿਆ ਵੀ ਇਹ ਸਮੱਸਿਆ ਪਹਿਲਾਂ ਆਈ ਸੀ, ਕਿੰਨਾ ਟਾਈਮ ਪਹਿਲਾਂ ਆਈ ਸੀ ਜਾਂ ਹੁਣ ਵੀ ਆ ਰਹੀ ਹੈ? ਕਲੀਨਿਕਲ ਤਾਂ ਮੇਰਾ ਵੀਰ ਆਏ ਆ ਵੀ ਕਲੀਨਿਕਲ ਤਾਂ ਡੇਢ ਦੋ ਸਾਲ ਹੋ ਗਏ ਹੋਣੇ, ਵੱਡਾ ਮਸਟਾਈਟਸ ਤਾਂ ਨਹੀਂ ਆਇਆ। ਸਬ ਕਲੀਨਿਕਲ ਕਿਤੇ ਕਿਤੇ ਆ ਜਾਂਦੀ ਹੈ ਥੋੜੀ ਬਹੁਤ, ਤੇ ਉਹਦੀ ਆਪਾਂ ਸਮੇਂ ਸਿਰ ਉਹਦੀ ਜਾਂਚ ਕਰਦੇ ਰਹਿੰਦੇ ਹਾਂ। ਜਿਵੇਂ ਹੀ ਆਪਾਂ ਨੂੰ ਪਤਾ ਲੱਗਦਾ ਤੇ ਉਹਦਾ ਨਾਰਮਲ ਟ੍ਰੀਟਮੈਂਟ ਹੀ ਹੁੰਦਾ, ਉਹ ਆਪਾਂ ਘਰੇ ਕਰ ਸਕਦੇ ਹਾਂ। ਟਿਊਬ ਵਗੈਰਾ ਉਹਦੇ ਵਿੱਚ ਮੇਰਾ ਵੀਰ ਪੈ ਜਾਂਦੀ ਹੈ, ਟਿਊਬ ਟਿਊਬਾਂ ਪਾ ਦਿੰਦੇ ਹਾਂ। ਕੋਈ ਹਲਕਾ ਫੁਲਕਾ ਕੋਈ ਜ਼ਰੂਰਤ ਪਵੇ ਤਾਂ ਐਂਟੀਬਾਇਓਟਿਕ ਦੇ ਦਿੰਦੇ ਹਾਂ। ਨਹੀਂ, ਹੁਣ ਜੇ ਇਹਦੇ ਕਾਰਨ ਕੀ ਹੁੰਦੇ ਆ ਪਹਿਲਾਂ ਵੀ ਆਪਾਂ ਜੇ ਆਉਣ ਹੀ ਨਾ ਦਈਏ ਸਮੱਸਿਆ ਨੂੰ? ਹਾਂ, ਆਉਣ ਦਾ ਤਾਂ ਵੀਰੇ ਇਸ ਤਰ੍ਹਾਂ ਵੀ ਆਉਣ ਬਸ ਉਹੀ ਹੈ ਵੀ ਆਪਣੇ ਵੀ ਆਪਾਂ ਉਹਨਾਂ ਦਾ ਹੱਲ ਕਰਕੇ ਰੱਖਦੇ ਹਾਂ ਤਾਂ ਆਉਂਦੀ ਨਹੀਂ, ਆਪਣੇ ਸਮੱਸਿਆ ਪ੍ਰੋਬਲਮ ਆਉਂਦੀ ਨਹੀਂ ਗੀ। ਸਬ ਕਲੀਨਿਕਲ ਤਾਂ ਥੋੜੀ ਮੋਟੀ ਪੇਟ ਦੀ ਗੜਬੜ ਨਾਲ ਆਉਂਦੀ ਹੈ, ਇਹ ਕੋਈ ਜ਼ਮੀਨੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਤਾਂ ਸਫਾਈ ਚਾਹੀਦੀ ਆਪਣੇ ਕੋਲ ਥੱਲੇ। ਸਫਾਈ ਦਾ ਮਤਲਬ ਇਹ ਨਹੀਂ ਵੀ ਮਤਲਬ ਗੋਹਾ ਵੀ ਨਾ ਹੋਵੇ ਕਦੇ, ਗੋਹਾ ਉਹ ਇਕੱਲਾ ਗੋਹਾ ਕਾਰਨ ਨਹੀਂ ਮਸਟਾਈਟਸ ਦਾ, ਹੋਰ ਬਹੁਤ ਕਾਰਨ ਹੈ ਵੀ ਉਹ ਜਗ੍ਹਾ ਦੇ ਵਿੱਚ ਪਾਣੀ, ਗੋਹੇ ਦੇ ਵਿੱਚ ਪਾਣੀ ਰਲ ਜਾਣਾ, ਕੋਈ ਕੀਟਾਣੂ ਬਣ ਜਾਣੇ, ਉਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਵੈਸੇ ਨਹੀਂ। ਤੇ ਇਹਦੇ ਵਿੱਚ ਕੀ ਹੈ ਵੀ ਜਗ੍ਹਾ ਸਾਫ਼ ਹੋਣੀ ਚਾਹੀਦੀ ਹੈ, ਖੁਰਲੀ ਸਾਫ਼ ਹੋਣੀ ਚਾਹੀਦੀ ਹੈ। ਆਪਾਂ ਮਿਲਕਿੰਗ ਕਿਵੇਂ ਕਰਦੇ ਹਾਂ ਪਸ਼ੂ ਦੀ, ਮਿਲਕਿੰਗ ਉਹਦੇ ਸਾਫ਼ ਸੁਥਰੇ ਹੱਥਾਂ ਨਾਲ। ਅੱਛਾ, ਕਿਸੇ ਪਸ਼ੂ ਨੂੰ ਮਸਟਾਈਟਸ ਦੀ ਮਾੜੀ ਮੋਟੀ ਸ਼ਿਕਾਇਤ ਹੈਗੀ ਹੈ ਤਾਂ ਉਹਨੂੰ ਸਾਈਡ ਤੇ ਆਪਾਂ ਅਲੱਗ ਰੱਖੀਏ, ਉਹਦੇ ਤੋਂ ਜਦੋਂ ਉਹਦੀ ਮਿਲਕਿੰਗ ਕਰਨੀ ਹੈ ਸਾਰਿਆਂ ਤੋਂ ਬਾਅਦ 'ਚ ਕਰੀਏ, ਮਸ਼ੀਨ ਨਾਲ ਉਹਦੀ ਮਿਲਕਿੰਗ ਨਾ ਕਰੀਏ। ਵੀ ਇਹ ਤਾਂ ਤੁਹਾਨੂੰ ਡੇਅਰੀ ਦੇ ਨਾਲ ਨਾਲ ਇਹਦੇ ਬਚਾਅ ਸਦਾ ਹੀ ਚਲਾ ਕੇ ਹੀ ਰੱਖਣੇ ਪੈਣਗੇ। ਇਹਦਾ ਪੱਕਾ ਹੱਲ ਤਾਂ ਕੋਈ ਅੱਜ ਤੱਕ ਨਹੀਂ ਕੋਈ ਹੋਇਆ, ਇਹ ਤਾਂ ਬਸ ਸਾਂਭ ਸੰਭਾਲੀ ਹੈ। ਜਿਵੇਂ ਆਪਾਂ ਕਿੱਤਾ ਕਰਦੇ ਰਹਿੰਦੇ ਹਾਂ ਤਾਂ ਉਹਦੇ 'ਚ ਆਪਾਂ ਨੂੰ ਸਾਂਭ ਸੰਭਾਲ ਆ ਜਾਂਦੀ ਹੈ। ਨਹੀਂ, ਇੱਕ ਜਿਵੇਂ ਮੈਂ ਗੱਲ ਸੁਣੀ ਹੈ ਵੀ ਜਿਹੜੇ ਲੂਜ਼ ਆਰਡਰ ਦੇ ਪਸ਼ੂ ਹੁੰਦੇ ਆ ਉਹਨਾਂ 'ਚ ਇਹ ਪ੍ਰੋਬਲਮ ਜ਼ਿਆਦਾ ਆਉਂਦੀ ਹੈ? ਉਹਨਾਂ ਦੇ ਵਿੱਚ ਪ੍ਰੋਬਲਮ
ਵੀਰੇ ਤਾਂ ਆਉਂਦੀ ਹੈ ਵੀ ਉਹਨਾਂ ਦੇ ਮਸਲਸ ਜਿਹੜੇ ਉਹ ਜ਼ਿਆਦਾ ਉਹ ਹੋ ਜਾਂਦੇ ਆ, ਉਹ ਨੀਵੇਂ ਵੀ ਹੋ ਜਾਂਦਾ ਆਰਡਰ, ਵੀ ਉਹਨਾਂ ਦੇ ਵਿੱਚ ਪ੍ਰੋਬਲਮ ਇਹ ਤਾਂ ਜ਼ਿਆਦਾ ਆਉਂਦੀ ਹੈ ਵੀ ਉਹ ਆਰਡਰ ਨੀਵਾਂ ਹੋਣ ਕਰਕੇ ਵੀ ਆਪਾਂ ਕਹਿ ਸਕਦੇ ਹਾਂ। ਅੱਜ ਕੱਲ੍ਹ ਉਹ ਚੀਜ਼ ਤਾਂ ਹੈ ਨਹੀਂ, ਅੱਜ ਕੱਲ੍ਹ ਤਾਂ ਜਿੰਨੇ ਵੀ ਸੀਮਨ ਆ ਸਭ ਕੰਪੈਕਟ ਆਰਡਰ ਦੇ ਹੀ ਆ ਨਵੇਂ ਸੀਮਨ ਤਾਂ। ਕੋਈ ਪੁਰਾਣਾ ਪਸ਼ੂ ਕੋਈ ਜਿਹਦੇ ਕੋਲ ਰਹਿ ਗਿਆ ਤਾਂ ਉਹਨੂੰ ਆ ਜਾਵੇ, ਪਰ ਐਂ ਨਹੀਂ ਹੁੰਦਾ ਵੀ ਜਿਹਦਾ ਆਰਡਰ ਲੂਜ ਆ ਉਹ ਸਦਾ ਮਸਟਾਈਟਸ ਹੀ ਚੱਲੇ, ਐਂ ਨਹੀਂ ਕਦੇ ਵੀ ਹੁੰਦਾ। ਚੱਲਦਾ ਜ਼ਰੂਰ ਹੈ ਪਰ ਉਹ ਛੇਤੀ ਪਕੜ ਕਰ ਲੈਂਦਾ ਮਸਟਾਈਟਸ ਦੀ, ਬਸ ਇਹੀ ਕਾਰਨ ਹੁੰਦਾ ਵੀ ਜਾਣੀ ਐਂ ਨਹੀਂ ਵੀ ਉਹਨੂੰ ਹੋ ਹੀ ਜਾਊਗਾ, ਐਂ ਕਦੇ। ਮੇਨ ਕਾਰਨ ਇਹਦਾ ਹੋ ਗਿਆ ਪੇਟ ਦੀ ਸਮੱਸਿਆ ਦਾ ਕਰਕੇ। ਹਾਂਜੀ ਹਾਂਜੀ, ਵੀ ਆਪਣੇ ਪਸ਼ੂ ਦੇ ਜਿਵੇਂ ਚਾਰੇ ਦੇ ਵਿੱਚ ਉੱਲੀ ਫੰਗਸ ਚੱਲੀ ਜਾਣੀ, ਦਾਣਾ ਮਾੜਾ ਹੋਣਾ, ਦਾਣੇ ਦੀ ਕੁਆਲਿਟੀ ਮਾੜੀ ਹੋਣੀ, ਫੀਡ ਦੀ, ਇਹ ਕਾਰਨ ਹੁੰਦੇ ਆ ਜੀ। ਫੀਡ ਤਾਂ ਹੁਣ ਇਸ ਤਰ੍ਹਾਂ, ਫੀਡ ਦੀ ਕੁਆਲਿਟੀ ਮਾੜੀ ਹੋਈ ਤਾਂ ਉਹ ਪਹਿਲਾਂ ਤਾਂ ਮਸਟਾਈਟਸ ਕਰੂਗਾ, ਨਾ ਮਸਟਾਈਟਸ ਕਰੂ ਤਾਂ ਅੰਦਰੋਂ ਅੰਦਰ ਖਤਮ ਕਰ ਦੂਗਾ। ਬਹੁਤੇ ਫੀਡ ਦੀ ਵਰਤੋਂ ਵੀ ਨਹੀਂ ਬੰਦੇ ਨੂੰ ਕਰਨੀ ਚਾਹੀਦੀ, ਜਿੱਥੋਂ ਤਾਈਂ ਜਿੰਨੀ ਲੋੜ ਆ ਉਨੀ ਕਰੋਗੇ। ਇਹ ਤਾਂ ਇਹਦੇ ਆਪਾਂ ਕਾਰਨ ਪਤਾ ਕਰ ਲਏ ਹਨਾ, ਵੀ ਮਸਟੈਟਸ ਕਿਵੇਂ ਹੁੰਦਾ, ਹੁਣ ਇਹ ਕਿੰਨੇ ਪ੍ਰਕਾਰ ਦਾ ਹੁੰਦਾ ਤੇ ਇਹਨੂੰ ਆਪਾਂ ਚੈੱਕ ਕਿਵੇਂ ਕਰ ਸਕਦੇ ਹਾਂ ਵੀ ਆਪਣੇ ਆਪ। ਜ਼ਿਆਦਾਤਰ ਤਾਂ ਵੀਰੇ ਸਬ ਕਲੀਨਿਕਲ ਤੋਂ ਸਟਾਰਟ ਹੁੰਦੀ ਹੈ ਇਹਦੀ, ਛੋਟੀਆਂ ਮੋਟੀਆਂ ਛਿੱਡੀਆਂ ਤੋਂ। ਜੇ ਤਾਂ ਕੋਈ ਜ਼ਿਆਦਾ ਆਉਂਦਾ ਆਰਡਰ ਨੂੰ, ਸੋਜ ਆ ਗਈ, ਆਰਡਰ ਦਾ ਕਲਰ ਚੇਂਜ ਹੋ ਗਿਆ, ਉਹਨੂੰ ਸਵੈਲਿੰਗ ਆ ਗਈ, ਹਾਰਡ ਹੋ ਗਿਆ, ਇੱਕਦਮ ਆਇਆ, ਫਿਰ ਤਾਂ ਵੀਰੇ ਉਹਦਾ ਵੈਟਨਰੀਅਨ ਨੂੰ ਤੁਸੀਂ ਬੁਲਾਓ, ਜਾਣੀ ਆਪਣੇ ਡਾਕਟਰ ਨੂੰ, ਮੇਰਾ ਵੀਰ ਉਹੀ ਉਹਦਾ ਟ੍ਰੀਟਮੈਂਟ ਕਰਨਗੇ, ਉਹੀ ਉਹਦੀ ਜਾਂਚ ਕਰਨਗੇ ਵੀ ਇਹ ਕਿਸ ਤਰ੍ਹਾਂ ਦਾ ਹੈਗਾ, ਇਹਨੂੰ ਕਿਹੋ ਜਿਹਾ ਐਂਟੀਬਾਇਓਟਿਕ ਚਾਹੀਦਾ। ਸਿਰਫ ਫਾਰਮਰ ਤਾਂ ਸਿਰਫ ਸਬ ਕਲੀਨਿਕਲ ਦਾ ਮਾੜਾ ਮੋਟਾ ਟ੍ਰੀਟਮੈਂਟ ਕਰ ਸਕਦਾ, ਵੀ ਸਬ ਕਲੀਨਿਕਲ ਜਦੋਂ ਛਿੱਡੀਆਂ ਛੁੱਡੀਆਂ ਆਉਣ ਤਾਂ ਉਹਦਾ ਟ੍ਰੀਟਮੈਂਟ ਕਰ ਲਓ ਬਸ। ਠੀਕ ਹੈ, ਤੇ ਜੇ ਆਪਾਂ ਕੋਈ ਇਹਦੀਆਂ ਦੇਸੀ ਦਵਾਈਆਂ ਜਾਂ ਜਿਹੜੀਆਂ ਆਪਾਂ ਵਰਤੋਂ ਕਰੀ ਜਾਂਦੇ ਹਾਂ, ਕੋਈ ਨੋਰਮਲ ਦਵਾਈ ਹੋਵੇ ਜਿਹੜੀ ਨੋਰਮਲ ਮਸਟੈਟਸ ਨੂੰ ਖਤਮ ਕਰ ਸਕੇ? ਨਹੀਂ ਵੀਰੇ, ਆਪਾਂ ਤਾਂ ਸਿਰਫ ਮਿੱਠੇ ਸੋਡੇ ਦੀ ਵਰਤੋਂ ਕਰਦੇ ਹਾਂ ਡੇਲੀ ਦੇ ਰੂਟੀਨ ਦੇ ਵਿੱਚ, ਥੋੜ੍ਹਾ ਬਹੁਤ ਜੋ ਪਸ਼ੂ ਦਾ ਜਲਦੀ ਖਾਧਾ ਪੀਤਾ ਹਾਜ਼ਮ ਕਰ ਜੇ, ਜਾਂ ਕੋਈ ਆਕਸੀਜਨ ਬਾਈਂਡਰ ਦੀ ਵੀ ਜਿਹੜਾ ਉੱਲੀ ਫੰਗਸ ਨੂੰ ਪੇਟ ਚੋਂ ਲੈ ਜੇ। ਦੇਸੀ ਆਪਾਂ ਨਹੀਂ ਵੀਰੇ ਕਦੇ ਵੀ ਵਰਤੀ ਕੋਈ, ਆਪਾਂ ਤਾਂ ਟਿਊਬ ਵਗੈਰਾ ਪਾਉਂਦੇ ਹਾਂ, ਕੋਈ ਛੋਟਾ ਮੋਟਾ ਐਂਟੀਬਾਇਓਟਿਕ ਜੇ ਜ਼ਰੂਰਤ ਹੋਵੇ ਤਾਂ ਕਦੇ ਲਾਉਂਦੇ ਹਾਂ, ਜ਼ਿਆਦਾਤਰ ਐਂਟੀਬਾਇਓਟਿਕ ਵੀ ਨਹੀਂ ਲੱਗਦੇ, ਵੀ ਕਦੇ ਜ਼ਰੂਰਤ ਪੈ ਜੇ ਤਾਂ ਲਾਉਣਾ ਪੈ ਜਾਂਦਾ, ਨਹੀਂ ਤਾਂ ਬਸ ਉਹ ਖਾਣ ਪੀਣ ਪਸ਼ੂ ਦਾ ਸੈੱਟ ਕਰਕੇ ਅਤੇ ਥੋੜ੍ਹਾ ਬਹੁਤ ਆਕਸੀਜਨ ਬਾਈਂਡਰ ਦੇ ਕੇ ਆਰਡਰ ਦੇ ਵਿੱਚ ਕੋਈ ਉਹ ਪਾ ਕੇ ਟਿਊਬ ਵਗੈਰਾ 'ਤੇ ਹੋ ਜਾਂਦਾ ਉਹ ਠੀਕ। ਵੀ ਕਹਿਣ ਦਾ ਮਤਲਬ ਜਿੰਨੀ ਆਪਾਂ ਸਾਫ਼ ਸਫਾਈ ਰੱਖਾਂਗੇ ਜਾਂ ਮਿੱਠੇ ਸੋਡੇ ਦੀ ਵਰਤੋਂ ਤੁਸੀਂ ਦੱਸੀ ਹੈ, ਇਹ ਕਿੰਨੀ ਕੁ ਵਰਤੋਂ ਆਪਾਂ ਦਿਨ 'ਚ ਕਰ ਸਕਦੇ? ਇਹ ਤਾਂ ਵੀਰੇ ਅਲੱਗ ਅਲੱਗ ਹੈ, ਹੁਣ ਅਸੀਂ ਤਾਂ ਕੈਮਿਸਟ ਤੋਂ ਖਰੀਦਦੇ ਹਾਂ ਵੀਰੇ, ਮੈਡੀਕਲ ਤੋਂ ਖਰੀਦਦੇ ਹਾਂ ਮੇਰਾ ਵੀਰ, ਮੈਡੀਕਲ ਤੋਂ ਖਰੀਦਦੇ ਹਾਂ ਤਾਂ ਅਸੀਂ ਤਾਂ ਉਹ ਤਾਂ ਜ਼ਿਆਦਾ ਪਿਓਰ ਹੁੰਦਾ, ਉਹ ਤਾਂ ਅਸੀਂ 50 ਗ੍ਰਾਮ ਵੀ ਨਹੀਂ ਕਦੇ ਵਰਤਿਆ, 30-2 ਗ੍ਰਾਮ ਵਰਤਦੇ ਹਾਂ। ਜੇ ਮੇਰਾ ਵੀਰ ਕੋਈ ਜਾਣੀ ਕਰਿਆਨੇ ਦੀ ਦੁਕਾਨ ਤੋਂ ਖਰੀਦਦਾ ਤਾਂ ਫਿਰ ਉਹ 100 ਗ੍ਰਾਮ ਉਹਨੂੰ ਚਾਹੀਦਾ ਪਸ਼ੂ। ਠੀਕ ਹੈ, 100 ਗ੍ਰਾਮ। ਹਾਂਜੀ, ਜਿਹੜਾ ਜਿਹੜੇ ਪਸ਼ੂ ਦਾ ਜਿੰਨਾ ਫੀਡ ਇਨਟੇਕ ਜ਼ਿਆਦਾ, ਜਿੰਨਾ ਤੁਸੀਂ ਉਹਨੂੰ ਫੀਡ ਪਾਉਂਦੇ ਹੋ ਮੇਰਾ ਵੀਰ, ਉਨੀ ਫੀਡ ਦੇ ਹਿਸਾਬ ਨਾਲ ਉਹਦੀ ਮਤਲਬ ਡੋਜ਼ ਮਿੱਠੇ ਸੋਡੇ ਦੀ ਵੱਧਦੀ ਘੱਟਦੀ ਰਹਿੰਦੀ ਹੈ, ਅਸੀਂ ਬਹੁਤਾ ਫੀਡ ਨਹੀਂ ਪਾਉਂਦੇ ਜਾਣੀ ਹਿਸਾਬ ਦਾ ਜਿੰਨੀ ਸਾਨੂੰ ਜ਼ਰੂਰਤ ਲੱਗਦੀ ਹੈ। ਤਾਂ ਫਿਰ ਜਿਹੜਾ ਨੋਰਮਲ ਆਪਣਾ ਖਾਣਾ ਹੁੰਦਾ ਉਹਦੇ ਵਿੱਚ ਕੁਦਰਤ ਦੇ ਹਿਸਾਬ ਨਾਲ ਬਫਰਿੰਗ ਤਾਂ ਹੁੰਦੀ ਰਹਿੰਦੀ ਹੈ, ਉਹਦੇ 'ਚ ਤਾਂ ਰੱਬ ਨੇ ਸਭ ਕੁਛ ਹੀ ਪਾਇਆ, ਉਹਦੀ ਜਗਾਲੀ ਹੁੰਦੀ ਹੈ ਪਸ਼ੂ ਦੀ। ਆਪਾਂ ਹੁਣ ਜ਼ਿਆਦਾ ਫੀਡ ਫੂਡ ਪਾਉਂਦੇ ਹਾਂ ਨਾ, ਉਦੋਂ ਹੀ ਮਤਲਬ ਬਾਹਰਲੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ ਜੀ, ਹਾਂਜੀ। ਅਤੇ ਲਓ ਜੀ, ਇਹ ਆਪਣੀ ਛੋਟੀ ਜਿਹੀ ਵੀਡੀਓ ਸੀਗੀ ਮਸਟੈਟਸ ਨੂੰ ਲੈ ਕੇ, ਕਿਉਂਕਿ ਇਹ ਰੋਗ ਹੈ ਜਿਹੜਾ ਸਭ ਤੋਂ ਪਹਿਲਾਂ ਇਹੀ ਰੋਗ ਦਸਤਕ ਦਿੰਦਾ ਡੇਅਰੀ ਫਾਰਮਾਂ ਦੇ ਵਿੱਚ। ਬਹੁਤ ਸਾਰੇ ਵੀਰਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਮਸਟੈਟਸ ਹੈ ਜਿਹੜਾ ਇਹ ਕਈ ਪ੍ਰਕਾਰ ਦਾ ਹੁੰਦਾ, ਅਤੇ ਇਸ ਵੀਡੀਓ 'ਚ ਆਪਾਂ ਤੁਹਾਨੂੰ ਦੱਸਿਆ ਵੀ ਇਹ ਰੋਗ ਹੈ ਜਿਹੜਾ ਕਿਵੇਂ ਇਹ ਆਉਂਦਾ, ਕਿਵੇਂ ਇਹ ਤੋਂ ਬਚਿਆ ਜਾ ਸਕਦਾ। ਅਤੇ ਹੋਰ ਜਾਣਕਾਰੀ ਲੈਣੀ ਹੋਵੇ ਤੁਸੀਂ ਕਮੈਂਟ ਕਰਕੇ ਆਪਦੀ ਜਾਣਕਾਰੀ ਆਪਦੀ ਰਾਏ ਜਿਹੜੀ ਉਹ ਰੱਖਿਆ ਕਰੋ ਵਿੱਚ, ਆਪਾਂ ਤੁਹਾਡੇ ਨਾਲ ਜਾਣਕਾਰੀ ਹੋਰ ਵੀ ਸਾਂਝੀ ਕਰਾਂਗੇ। ਹੁਣ ਆਪਾਂ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ। ਆਪਣੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ, ਵੀਡੀਓ ਸ਼ੇਅਰ ਜ਼ਰੂਰ ਕਰਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਧੰਨਵਾਦ ਜੀ ਸਾਰਿਆਂ ਨੂੰ।